ਮੇਰੀ ਗੱਲਬਾਤ ਚੱਲ ਰਹੀ ਸੀ ਤੇ ਬਦਤਮੀਜ਼ੀਆਂ ਕਰ ਰਹੇ ਸੀ ਕੀ ਕਰਾਂ ਇਸ ਬੱਚੇ ਦਾ ਤੁਸੀਂ ਮੈਨੂੰ ਨਾ ਦੱਸੋ ਕਿਉਂਕਿ ਮੈਨੂੰ ਪਤਾ ਮੈਂ ਕੀ ਕਰਨਾ ਬਦਤਮੀਜ਼ੀ ਨਹੀਂ ਹਾਂ ਤੁਸੀਂ ਫੋਨ ਤੇ ਗੱਲ ਕਰ ਰਹੇ ਸੀ ਕਿਹਦੇ ਨਾਲ ਸੁਖਦੇਵ ਜੀ ਤੇ ਉਦੋਂ ਬਾਅਦ ਚੱਡਾ ਜੀ ਉਹ ਤਾਂ ਮੈਂ ਗੱਲ ਕਰਕੇ ਬੰਦ ਕਰਕੇ ਫੇਰ ਬ੍ਰੇਕ ਲਈ ਸੀ ਹੈਂਡ ਬ੍ਰੇਕ ਦੇ ਮੂੰਹ ਵਾਲਿਆ ਤੇ ਫੇਰ ਮੇਰੀ ਬਦਤਮੀਜ਼ੀ ਕਿੱਥੇ ਹੋਈ ਸੀ ਬਦਤਮੀਜ਼ੀ ਬ੍ਰੇਕ ਚ ਕਰਨ ਡਿਆ ਸੀ ਤੂੰ ਇੱਧਰ ਬ੍ਰੇਕ ਆਉਣ ਲੱਗੀ ਸੀ ਤੂੰ ਕੀ ਕਰ ਰਿਹਾ ਸੀ ਦੱਸੀ ਮੈਨੂੰ ਯਾਦਾਸ਼ ਚੱਲ ਗਈ ਏ ਮੌਕੇ ਤੇ ਪੁੱਤਰ ਤੂੰ ਗਜਨੀ ਬਣ ਜਾਣਾ ਤੈਨੂੰ ਮਰਵਾਨਾ ਕਹੇ ਸਜਨੀ ਤੋਂ ਚਪੇੜਾ ਬਾਰੀ ਪੇਸ਼ੀ ਕਰਨਗੇ ਸੀ ਬਾਰੀ ਪੇਸ਼ੀ ਕਰਨਗੇ ਸੀ ਉਹ ਬੇਟਾ ਉਦਾਂ ਹੀ ਦੇਖਿਆ ਸੀ ਮੈਂ ਸੋਹਣ ਲੱਗੇ ਕੋਈ ਪਰਪਸ ਨਹੀਂ ਸੀ ਇਸ ਤਰ੍ਹਾਂ ਦਾ ਕੋਈ ਮਨ ਦੇ ਵਿੱਚ ਐਦਾਂ ਦੀ ਇੱਛਾ ਨਹੀਂ ਸੀ ਕਿ ਤੂੰ ਬੋਲੀ ਪਾਵੇਂ ਜਾਂ ਸਾਨੂੰ ਕਿਉਂ ਸਰ ਸਜਨੀ ਮਤਲਬ ਫੀਮੇਲ ਆ ਨਹੀਂ ਮੇਲ ਆ ਮੁੱਛਾਂ ਰੱਖੀ ਦੀ ਉਹਨੇ ਗਜਨੀ ਦਾ ਮਦਾ ਫਾ ਨਦਰ ਤਲਾ ਦਾ ਪਦਾ ਲਹੇ ਥੇ ਥਲੇ ਹੋ ਜਾ ਥਲੇ ਹੋ ਜਾ ਥਲੇ ਥਲੇ ਹੋ ਜਾ ਸਭ ਤੋਂ ਪਹਿਲੇ ਤੇ ਜੋ ਵੀ ਕਹਿਣਾ ਤੁਸੀਂ ਮੂੰਹ ਚੋਂ ਸਪਾਰੀ ਕੱਢ ਕੇ ਕਹੋ ਮੁਦੱਫਾ ਨਾ ਦੱਤੇ ਦਾਦਾ ਪਧਾ ਰਹੇ ਹੋ ਇਸ਼ਕ ਮੂੰਹ ਮੈਂ ਤਾਂ ਪੈਦਾਇਸ਼ੀ ਸਪਾਰੀ ਹੈ ਰੇ ਬਾਬਾ ਤੁਸੀਂ ਮੈਨੂੰ ਦਾਨ ਦੇ ਨੀ ਮੁੰਡਿਓ ਹੁਣ ਮੈਂ ਥੋੜੀ ਥੋੜੀ ਸਮਝ ਨਹੀਂ ਸਾਰੇ ਮੁੰਡੇ ਨਾ ਲੋ ਇਹ ਥੋੜੀ ਦੇਰ ਬਾਅਦ ਬਣਦੇ ਇਹਨਾਂ ਨੂੰ ਕੱਟੋ ਭੈਣ ਜੀ ਆ ਭੈਣ ਦੀ ਤੇ ਮੁੰਡਿਓ ਤੁਸੀਂ ਮੈਨੂੰ ਜਾਣਦੇ ਨਹੀਂ ਭੈਣ ਜੀ ਨੇ ਮੁੰਡਿਓ ਨਹੀਂ ਇਹ ਤੂੰ ਗਲਤ ਕਹਿਤਾ ਇਹ ਤੂੰ ਗਲਤ ਕਿਹਾ ਤੁਸੀਂ ਮੈਨੂੰ ਭੈਣ ਦੀ ਦੇ ਮੁੰਡਿਓ ਤੁਸੀਂ ਜਾਣਦੇ ਨਹੀਂ ਮੈਨੂੰ ਇਹ ਗੱਲ ਨੂੰ ਛੱਡ ਦਿਓ ਅਗਲੀ ਕਰੋ ਮੈਂ ਦਾਦਾ ਕਿਹਦਾ ਜਾਂ ਫਿਰ ਦਾਦਾ ਦਾਦਾ ਮੇਰੇ ਅੱਧ ਤੇ ਬੰਦੇ ਧਰਦੇ ਆ ਦਾਦਾ ਕਹਿੰਦਾ ਕੀ ਹੁੰਦਾ ਮੈਂ ਤਿੰਦ ਹੈ ਉਧਰ ਉਹ ਨੀ ਹੁੰਦੇ ਹਾਂਜੀ ਹਾਂਜੀ ਸਰ ਆਪਣਾ ਰਾਜੇ ਰੂਜੇ ਕਿਥੋਂ ਦੇ ਮੁਦੱਫਰ ਨਗਰ ਇਹ ਕਿਹੜਾ ਨਗਰ ਹੈ ਮੇਰੀ ਗੱਲ ਸੁਣੋ ਸਭ ਤੋਂ ਪਹਿਲੇ ਤੇ ਮਹਾਰਾਜ ਸੌਰੀ ਸਾਨੂੰ ਪਤਾ ਨਹੀਂ ਸੀ ਅੱਛਾ ਮਹਾਰਾਜ ਦੇਖੋ ਨੰਗੇ ਪੈਰੀ ਆਇਆ ਹੋਇਆ ਉਧਰੋਂ ਹੀ ਉਹ ਦੇਖੋ ਮਹਾਰਾਜ ਬਾਹਰ ਚੱਪਲਾਂ ਲਾਏ ਆ ਤੁਸੀਂ ਨਹੀਂ ਹਾਂ ਕਦੇ ਆਉਂਦੇ ਹੋਏ ਕਿਸੇ ਨੇ ਹਾਲ ਲਾ ਦੇ ਹੈ ਹਾਲ ਬੁਰੇ ਹਾਲ ਕਰਤੇ ਮੋਤੇ ਥੈਲ ਤੇ ਤਾਂ ਦੋ ਬੰਦੇ ਸੀ ਕੀ ਹੋਇਆ ਮੋਤੇ ਥੈਲ ਤੇ ਇੱਕ ਮਿੰਟ ਖਲੋ ਜਾਓ ਇੱਕ ਮਿੰਟ ਖਲੋ ਜਾਓ ਤੁਹਾਡਾ ਮੋਟਰਸਾਈਕਲ ਦੀ ਕੱਲਿਆ ਥਾ ਮੈਂ ਇੱਥੇ ਟਕਾਲਿਆ ਤਰਨ ਹੈਲੋ ਉਹ ਇੱਕ ਮਿੰਟ ਗੱਲ ਕਰ ਲੈਂਦੇ ਰਾਜਾ ਸਾਹਿਬ ਇੱਕ ਮਿੰਟ ਹੈਲੋ ਪਹਿਲੀ ਵਾਰੀ ਲੱਗਦਾ ਤੁਸੀਂ ਕਾਲ ਲਾਇਆ ਸਾਡੇ ਸ਼ੋਅ ਚ ਹਾਂਜੀ ਹਾਂਜੀ ਭਾਜੀ ਕੀ ਬਾਤ ਹੈ ਜੀ ਕੀ ਕਰਦੇ ਹੋ ਗੁੱਜਰ ਸਾਹਿਬ ਤੁਸੀਂ ਜਨਾਬ ਦੁੱਧ ਵੇਚੀ ਦਾ ਇੰਗਲੈਂਡ ਚ ਇੰਗਲੈਂਡ ਚ ਵੀ ਦੁੱਧ ਵੇਚਦੇ ਨਹੀਂ ਪੁੱਤਰ ਉਹਨਾਂ ਨੇ ਪਾਈ ਵਾਲਾ ਪੈਕਟ ਮਾਰਿਆ ਨਾ ਤੇਰੇ ਮੂੰਹ ਤੇ ਮੂੰਹ ਸੁੱਜ ਜਾਣਾ ਜੀ ਛੱਡੋ ਤੁਹਾਡੇ ਪਿੱਛੇ ਖਲੋਤਾ ਮੈਂ ਮਿੱਟੀ ਬੂਤੀ ਖਾਂਦਾ ਆ ਜਿਹੜਾ ਛੋਟਾ ਨਹੀਂ ਨਹੀਂ ਦੂਜਾ ਜੀ ਰਾਜਾ ਸਾਹਿਬ ਆਏ ਸਾਡੇ ਕੋਲ ਮਿੱਟੀ ਖਾਂਦੇ ਆ
ਨਿੱਕੇ ਹੁੰਦੇ ਦੁੱਧ ਇਹਨਾਂ ਨੇ ਖਾਲਸ ਨਹੀਂ ਪੀਤਾ, ਦੁੱਧੇ ਹੱਥੇ ਨੇ ਦੁੱਧ ਵਾਲੇ ਪਾਸੋਂ ਨਹੀਂ ਹੱਥੇ ਆ ਬਿਲਕੁਲ ਹੈ ਤਾਂ ਹੀ ਬਾਅਦ ਚ ਫਸਦਾ ਜੀ ਬਿਲਕੁਲ। ਅੱਛਾ 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 ਇਹ ਤਾਂ ਕਿਤੇ ਤੁਹਾਡੇ ਲੈਂਟਰ ਦੀ ਮਿੱਟੀ ਤੇ ਨਹੀਂ ਖਾ ਗਿਆ, ਉਧਰ ਤੇ ਨਹੀਂ ਕੋਈ ਚੱਕਰ ਪੈ ਗਿਆ ਕਿਤੇ? ਕਪੜਿਆਂ ਦੇ ਵੀ ਆ ਗਿਆ ਦੇਖੋ ਨਿਕਲਣਾ, ਇਹ ਗੱਲ ਸਹੀ ਹੈ ਤੁਹਾਡੀ। ਅੱਛਾ ਤੁਹਾਨੂੰ ਪਤਾ ਇਹੋ ਜਿਹਾ ਬੰਦਾ ਪੌੜੀ ਲਾ ਕੇ ਬੈਂਗਣ ਤੋੜਨ ਡਿਆ ਹੁੰਦਾ? ਜੋਰ ਨਾਲ ਥੱਲੋ ਐ ਕੁਲਚਾ ਕੱਢ ਲੈਂਦੇ ਮਿੰਟ ਚ ਬੰਦਾ ਮਹੀਨਾ ਮੂੰਹ ਡਾਊਨ ਹੋ ਜਾਂਦਾ ਜਾ ਮੁਸ਼ਤਲ ਹੀ ਅੱਜ ਤੁੱਤ ਪੈ ਜਾਂਦੀ। ਅੱਛਾ ਹਾਂਜੀ ਹਾਂਜੀ ਇਹ ਤੁਹਾਡੇ ਲਾਗੇ ਜਿਹੜਾ ਵਰਲਡ ਦਾ ਨਕਸ਼ਾ ਪਿਆ ਨਾ ਇਹਦੇ ਉੱਤੇ ਤੇ ਬਿਠਾ ਕੇ ਨਾ ਨਿੱਕੇ ਨੂੰ ਘੁਮਾਓ ਜ਼ਰਾ। ਵਾਹ ਜੀ ਵਾਹ, ਫਿਰ ਇਹ ਕਹਿੰਦਾ ਮੈਂ ਵਰਲਡ ਟੂਰ ਕੀਤਾ ਹੋਇਆ। ਨਹੀਂ ਇਹ ਕਹੂਗਾ ਲੋਕਾਂ ਨੂੰ ਮੈਂ ਵਰਲਡ ਟੂਰ ਨੇ ਬਿਨਾਂ ਵੀਜ਼ੇ ਤੋਂ ਕੀਤਾ। ਇਹ ਜਿੱਥੇ ਰੁਕੇ ਨਾ ਜੀ ਉਸ ਮੁਲਕ 'ਚ ਸੁੱਟ ਦੇ ਹੋਏ ਨੂੰ ਉਹਨਾਂ ਨੂੰ ਭਾਈ ਤੇ ਗੱਲ ਪਾਇਆ ਉਸ ਮੁਲਕ 'ਚ ਸੁੱਟ ਦਈਏ ਇਹਨੂੰ। ਇਹਨਾਂ ਨੇ ਕਦੀ ਜਹਾਜ਼ ਦਾ ਸਫ਼ਰ ਕੀਤਾ ਨਹੀਂ ਹੁੰਦਾ, ਜਹਾਜ਼ 'ਚ ਬਹਿ ਕੇ ਨਾ ਪਰਸ ਅਤੇ ਚੈਨੀਆਂ ਵੇਚਣੀਆਂ ਸ਼ੁਰੂ ਕਰ ਦਿੰਦੇ ਆ। ਲਓ ਭਾਈ ਸਾਹਿਬ 5 ਮਿੰਟ ਮੇਰੇ ਵੱਲ ਧਿਆਨ ਦੇਣਾ, ਆਹ ਬੱਸ ਚੱਲ ਲਓ ਸਿਰ 5 ਮਿੰਟ ਨਾ, ਉਹ ਏਅਰ ਬੱਸ ਹੁੰਦੀ ਹੈ ਬੇਵਕੂਫਾ, ਸੁਰਮਾ ਵੇਚਣਾ ਸ਼ੁਰੂ ਕਰ ਦਿੰਦਾ, ਮੁੰਦਰੀਆਂ ਛੱਲੇ ਕਬਜ ਵਾਲੇ। ਆਹ ਜਿਹੜਾ ਨਾਲ ਕਹਿਣਾ। ਅੱਛਾ ਇਹਦੀ ਸੁਣ ਲਓ, ਇਹੋ ਜਿਹੇ ਬੱਸ 'ਤੇ ਬੱਕਰੀ ਚੜ੍ਹਾਉਣ ਵੇਲੇ ਥੱਲੇ ਆ ਜਾਂਦੇ ਆ, ਆਖਰੀ ਤੁਸੀਂ ਕਿਸੇ ਹੋਰ ਪਾਸੇ ਲੈ ਗਏ, ਉਧਰ ਨੀ ਜਾਣਾ ਆਪਾਂ। ਅੱਜ ਤੇ ਬਸ ਠੀਕ ਹੀ ਕਰ ਲਓ, ਜਾਂ ਤੇ ਦੋਲੀ ਥਾਂ ਤੇ ਆ ਧਰੋ, ਗੋਡੇ ਪੀੜ ਨੀ ਹੁੰਦਾ ਜਿੰਦਾ ਗੋਡਾ ਟੁੱਟ ਕੇ ਹੁੰਦਾ ਐ ਪਏ ਹੁੰਦੇ, ਉਹਦੀ ਸ਼ਕਲ ਤੋਂ ਪਤਾ ਲੱਗਣ ਡਿਆ ਹੁੰਦਾ ਇਹਨਾਂ ਨੇ ਕਦੀ ਨੀ ਠੀਕ ਹੋਣਾ। ਖਾਤੂਨ ਨਾਲ ਜਰਾ ਇਹ ਅਦਬੋ ਅਦਾਬ ਨਾਲ ਰਹਿਣਾ, ਥੋੜਾ ਜਿਹਾ ਗੰਦੀ ਜੁਗਤ ਨੀ ਲਾਣੀ ਉਹਨੂੰ। ਬਿਲਕੁਲ ਜੀ ਇੰਜ ਹੀ ਨਹੀਂ ਇੰਜ ਹੀ ਲਾਦਾ ਮਾਈ ਖੰਬੇ ਤੇ ਚੜੀ ਹੈ। ਲਓ ਜੀ ਇਹ ਖੰਬੇ ਤੇ ਕੀ ਪਲਾਸ ਲੈ ਕੇ ਚੜੀ ਹੈ, ਮੀਟਰ ਸੈੱਟ ਕਰਨ ਗਈ ਹੈ। ਤੁਸੀਂ ਖੰਬੇ ਤੇ ਕੀ ਕਰਦੇ ਪਏ ਸੀਗੇ? ਲਓ ਜੀ ਨਹੀਂ ਜੀ ਇਹ ਗਿੱਲਾ ਕੱਪੜਾ ਲੈ ਕੇ ਤਾਰਾਂ ਸਾਫ਼ ਕਰਦੇ। ਲਓ ਜੀ ਦੇਖੋ ਜੀ ਉਹ ਕਹਿੰਦੇ ਤੁਸੀਂ ਖੰਬੇ ਤੇ ਕੀ ਕਰਨ ਦੇ, ਉਹ ਬੇਵਕੂਫੇ ਤੈਨੂੰ ਨਹੀਂ ਪਤਾ? ਹਾਂਜੀ ਸਰ ਉਹ ਵੱਡੇ ਟਰਾਂਸਮੀਟਰ ਤੇ ਇਹਨਾਂ ਦੀ ਤਾਂ ਫੋਟੋ ਹੁੰਦੀ ਹੈ, ਦੋ ਹੱਡੀਆਂ ਤੇ ਸਿਰ ਵਖਰਾ, ਥੱਲੇ ਲਿਖਿਆ ਹੁੰਦਾ ਖਤਰਾ। ਹਾਂਜੀ ਉਹ ਦੇਖੀ ਤੂੰ? ਅੱਛਾ ਅੱਛਾ ਉਹ ਭਾਈ ਸਾਹਿਬ ਹੀ ਨੇ। ਅੱਛਾ ਅੱਛਾ ਭਾਈ ਤੁਸੀਂ ਇਹਨਾਂ ਦੀ ਗੱਲ ਕੀਤੀ ਹੈ, ਗੌਰ ਨਾਲ ਦੇਖੋ ਮਹੱਲੇ 'ਚ ਸੱਪ ਨਿਕਲ ਜੇ ਨਾ ਤੇ ਇਹੋ ਜਿਹੀ ਸੋਟੀ ਨਾਲ ਫੜਦੇ ਆ, ਉਹ ਆਹ ਫੜ ਕੇ ਉੱਤੇ ਕਰਦੇ ਆ, ਮਹੱਲੇ ਦੇ ਬੱਚੇ ਡਰਾਏ ਹੁੰਦੇ ਕਿ ਉਹ ਦੇਖੋ ਵੀ ਸੱਪ ਆ ਗਿਆ। ਖੰਬੇ ਦੇ ਉੱਤੇ ਚੜ੍ਹ ਕੇ ਗੁੱਡੇ ਫੜਦੇ ਜੀ। ਕੌਣ ਨਾਲ ਝਾਵਾ ਪੜਾ ਕਿਹੜਾ ਹੁੰਦਾ ਜੀ ਇਹ ਵੱਡੇ ਰਾਣਾ ਸਾਹਿਬ? ਰਾਣਾ ਸਾਹਿਬ ਲੈ ਵੀ ਇੰਨੀਆਂ ਜੁਗਤਾਂ ਦੇ ਬਾਅਦ ਘੱਟੋ ਘੱਟ ਤੂੰ ਰਾਣਾ ਸਾਹਿਬ ਤੇ ਬਾਣੀ ਗਿਆ ਨਾ ਦੇਤ ਹੈ। ਉਹਦਾ ਤੁਸੀਂ ਕੀ ਸੀ ਪਹਾੜੀਏ? ਦਾਦਾ ਪਹਾੜੀਏ ਸੀ। ਹਾਂ 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 ਤੁਸੀਂ ਅੱਜ ਰਾਣਾ ਸਾਹਿਬ ਕਹਿ ਤਾ, ਚਲੋ ਉਹਦੇ 'ਚ ਵੀ ਖੁਸ਼ੀ ਆ ਉਹਨਾਂ ਨੂੰ। ਵਾਹ ਜੀ ਵਾਹ।
ਚਲੋ ਥੈਂਕ ਯੂ ਜੀ, ਮੈਨੂੰ ਤਾਂ ਇੰਨੀਆਂ ਜੁਗਤਾਂ ਤੁਸੀਂ ਸੁਣਾਈਆਂ, ਮੈਨੂੰ ਤਾਂ ਨਾ ਭੁੱਲ ਗਿਆ ਤੁਹਾਡਾ। ਓਕੇ ਭਾਜੀ, ਗੁੱਜਰ ਸਾਹਿਬ, ਗੁੱਜਰ ਸਾਹਿਬ, ਗੁੱਜਰ ਸਾਹਿਬ, ਅੱਛਾ ਅੱਛਾ ਲੱਗਾ। ਆ ਪੜੋਸੀ ਮੁਲਕ ਤੋਂ ਕਿਹੜੇ ਸ਼ਹਿਰ ਚੋਂ ਤੁਸੀਂ? ਮਾਂਚੈਸਟਰ ਤੋਂ ਜੀ। ਮਾਂਚੈਸਟਰ ਤੋਂ? ਨਹੀਂ ਨਹੀਂ, ਆਪ ਮੇਰੇ ਖਿਆਲ ਨਾਲ ਬੇਸਿਕ ਤਾਂ ਤੁਸੀਂ ਪਾਕਿਸਤਾਨ ਤੋਂ ਹੋਵੋਗੇ ਨਾ? ਹਾਂ ਜੀ, ਪਾਕਿਸਤਾਨ ਫੈਸਲਾਬਾਦ ਤੋਂ। ਫੈਸਲਾਬਾਦ, ਆ ਹਾ ਹਾ, ਫੈਸਲਾਬਾਦੀ ਬਹੁਤ ਖੂਬਸੂਰਤ ਸ਼ਹਿਰ ਹੈ, ਮੈਂ ਸੁਣਿਆ ਉਹਦੇ ਬਾਰੇ। ਫੈਸਲਾਬਾਦ ਦੇ ਲੋਕ ਬੜੇ ਦਿਲ ਖੁਸ਼ ਜਿਹੜੇ ਕਹਿੰਦੇ ਨਾ, ਮਤਲਬ ਖੁੱਲੇ ਦਿਲ ਵਾਲੇ ਲੋਕ ਨੇ, ਮੈਂ ਸੁਣਿਆ। ਬਹੁਤ ਬਹੁਤ ਸ਼ੁਕਰੀਆ, ਬਹੁਤ ਅੱਛਾ ਲੱਗਾ ਵਿੱਚ ਵਿੱਚ ਟਾਈਮ ਕੱਢ ਕੇ ਫੋਨ ਕਰਕੇ। ਇੱਦਾਂ ਦਾ ਮਾਹੌਲ ਬਣਾਉਂਦੇ ਰਹਿਣਾ, ਪਰ ਦੂਸਰੀਆਂ ਜੁਗਤਾਂ ਅਵੋਇਡ ਕਰਨੀਆਂ ਜੀ, ਠੀਕ ਹੈ ਜੀ? ਹਾਂਜੀ, ਉਸੇ ਊਂਟ ਦੇ ਬੋਲਣੇ ਹੁੰਦੇ ਜਿਹਦਾ ਘਾਹ ਖਾਣ ਡਿਆ ਹੁੰਦਾ ਤੇ 3-3 ਫੁੱਟ ਥੱਲੇ ਹੁੰਦੇ। ਚਲੋ ਸ਼ੁਕਰੀਆ ਗੁੱਜਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਹੈਲੋ, ਇਹਨਾਂ ਦੀ ਵੀ ਸਪੀਡ ਬਹੁਤ ਸੀ, ਵਾਕਵੀਆਂ ਨਿਕਲਣਗੀਆਂ, ਰਿਸ਼ਤੇਦਾਰੀਆਂ, ਫਿਰ ਗਾਂ ਇੱਕ ਦੂਸਰੇ ਘਰ ਚਾਹ ਪਾਣੀ। ਜਦੋਂ ਤੁਸੀਂ ਵੀ ਸੁਣਾਉਂਦੇ ਸਾਨੂੰ ਪਤਾ ਲੱਗ ਜਾਂਦਾ ਕਿ ਲਓ ਜੀ ਸਾਡੇ ਭਰਾ ਆ ਗਏ ਆ, ਤੇ ਇਹਨਾਂ ਨੇ ਹੁਣ ਹਨੇਰੀ ਤੁਸੀਂ ਵੀ ਲਓ ਜੀ ਫਿਰ ਆਉਣ ਦਿਓ ਫਿਰ ਗਿੱਲੀ ਗਿੱਲੀ ਕੋਈ ਮੈਂ ਤੈਨੂੰ ਨਾ ਹੈਲੋ ਪਾਪਾ ਤੋਂ ਬੋਲਦਾ, ਪਾਪਾ ਕੋਈ ਦੱਸਦਾ ਨੀ। ਉਹ ਅੱਬ ਪਾਪਾ ਕਹਿੰਦਾ, ਮੇਰੇ ਤਾਂ ਪਾਪਾ ਕਹਿੰਦਾ ਮੇਰੀ ਤਾਂ ਤੂੰ ਪੂਛ ਫੜੀ, ਮੈਂ ਤੈਨੂੰ ਕਿੱਦਾਂ ਦੱਸਾਂ ਕਿ ਮੈਂ ਕਿੱਦਾਂ? ਪਾਪਾ ਮੇਰਾ ਡੈਂਡਾ ਥੋੜੀ ਆ। ਹਾਂ ਡੈਂਡਾ, ਨਾਲੇ ਡੈਡਾ ਕਹਿ ਰਿਹਾ ਤੇ ਨਾਲੇ ਕਹਿ ਰਿਹਾ ਪਾਪਾ ਨੀ ਡੈਂਡਾ। ਪਾਪਾ ਮੇਰਾ ਡੈਂਡਾ ਨੀ, ਨਹੀਂ ਦਿੰਦਾ ਤੇ ਤੂੰ ਨਾ ਮੰਗੋ। ਉਹ ਇੰਤਾਨ ਆ, ਇੰਤਾਨ ਆ ਮੇਰਾ ਡੈਡੀ, ਇੰਤਾਨ ਆ ਡੈਡ, ਬਾਕੀ ਦੀ ਸੰਤਾਨ ਹੈ ਤੇ ਮੈਂ ਉਹਦੀ ਸੰਤਾਨ ਆ। ਤੇ ਤੇਰੇ ਦਾਦੇ ਦਾ ਕੀ ਨਾਮ ਹੈ? ਮੁਜ਼ੱਫਰਨਗਰ ਦਾ ਹੱਥ ਹੈ ਤੇਰੇ ਦਾਦੇ ਦੇ, ਮੇਰੇ ਦਾਦੇ ਦੇ ਨਾਂ ਨਾ ਮੁਜ਼ੱਫਰਨਗਰ ਦਾਦਾ।